ਮੁਕੇਰੀਆਂ ਤੋਂ ਬਾਅਦ ਹੁਣ ਦਸੂਹਾ ਵਿੱਚ ਛਾਪਾ ਮਾਰਨ ਗਈ ਪੁਲਿਸ ਦੀ ਟੀਮ ਉੱਤੇ ਹਮਲਾ ਹੋਇਆ ਹੈ, ਜਿਸ ਵਿੱਚ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ ਅਤੇ ਹਮਲਾਵਰ ਦੀ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਮੌਤ ਹੋ ਚੁੱਕੀ ਹੈ। ਪੰਜਾਬ ਵਿੱਚ ਨਸ਼ਾ ਤਸਕਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਹੁਣ ਇਹ ਪੁਲਿਸ ਦੇ ਉੱਤੇ ਵੀ ਹਮਲਾ ਕਰਨ ਤੋਂ ਨਹੀਂ ਡਰਦੇ। ਤਾਜ਼ਾ ਮਾਮਲਾ ਅੱਜ ਦਸੂਹਾ ਦੇ ਵਿੱਚ ਵਾਪਰਿਆ, ਜਦੋਂ ਨਸ਼ਾ ਤਸਕਰ ਨੂੰ ਫੜਨ ਗਈ ਦਸੂਹਾ ਪੁਲਿਸ ਦੀ ਟੀਮ ਦੇ ਉੱਤੇ ਨਸ਼ਾ ਤਸਕਰਾਂ ਨੇ ਹਮਲਾ ਕਰ ਦਿੱਤਾ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਇੱਕ ਨਸ਼ਾ ਤਸਕਰ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਘਟਨਾ ਵਿੱਚ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ। ਇਹ ਘਟਨਾ ਹਲਕਾ ਦਸੂਹਾ ਅਧੀਨ ਪੈਂਦੇ ਪਿੰਡ ਮੇਵਾ ਮਿਆਣੀ ਦੀ ਹੈ, ਜਿੱਥੇ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਨਸ਼ੇ ਦਾ ਧੰਦਾ ਕਰਦਾ ਹੈ। ਜਿਸ ਤੋਂ ਬਾਅਦ ਜਦੋਂ ਦਸੂਹਾ ਪੁਲਿਸ ਦੀ ਟੀਮ ਸੁੱਚਾ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮੇਵਾ ਮਿਆਣੀ ਦੇ ਘਰ ਪਹੁੰਚਦੀ ਹੈ ਤਾਂ ਸੁੱਚਾ ਸਿੰਘ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਹਮਲਾ ਕਰ ਦਿੱਤਾ ਗਿਆ। ਜਵਾਬੀ ਕਾਰਵਾਈ 'ਚ ਪੁਲਿਸ ਨੇ ਸੁੱਚਾ ਸਿੰਘ 'ਤੇ ਗੋਲੀ ਚਲਾ ਦਿੱਤੀ, ਜਿਸ ਵਿੱਚ ਉਸ ਦੀ ਮੌਤ ਹੋ ਗਈ ਹੈ। ਘਟਨਾ ਤੋਂ ਬਾਅਦ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ ਹਨ। ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਕਿ ਅੱਜ ਇੱਕ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਦਸੂਹਾ ਪੁਲਿਸ ਦੀ ਟੀਮ ਪਿੰਡ ਮੇਵਾ ਮਿਆਣੀ ਵਿੱਚ ਪਹੁੰਚੀ, ਜਿੱਥੇ ਕਿ ਪੁਰਾਣਾ ਤਸਕਰ, ਜਿਸ ਉੱਤੇ 10 ਤੋਂ ਵੱਧ ਕੇਸ ਰਜਿਸਟਰਡ ਹਨ, ਉਸ ਦੇ ਘਰ ਉੱਤੇ ਰੇਡ ਕੀਤੀ ਗਈ। ਸੁੱਚਾ ਸਿੰਘ, ਜੋ ਕਿ ਘਰ ਦਾ ਮਾਲਕ ਸੀ, ਉਸ ਵੱਲੋਂ ਆਪਣੇ ਪਰਿਵਾਰ ਸਮੇਤ ਪੁਲਿਸ ਪਾਰਟੀ ਦੇ ਉੱਤੇ ਹਮਲਾ ਕਰ ਦਿੱਤਾ, ਜਿਸ ਵਿੱਚ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚ ਸਤਨਾਮ ਸਿੰਘ ਅਤੇ ਕਾਂਸਟੇਬਲ ਗੁਰਵਿੰਦਰ ਸਿੰਘ ਹਨ। ਪੁਲਿਸ ਪਾਰਟੀ ਨੇ ਜਦੋਂ ਜਵਾਬੀ ਹਮਲਾ ਕੀਤਾ ਤਾਂ ਉਸ ਦੇ ਵਿੱਚ ਸੁੱਚਾ ਸਿੰਘ ਜਿਹੜਾ ਜ਼ਖਮੀ ਹੋ ਗਿਆ ਸੀ, ਉਸ ਦੀ ਇਲਾਜ ਲਈ ਹਸਪਤਾਲ ਲੈ ਕੇ ਜਾਇਆ ਗਿਆ, ਜਿੱਥੇ ਕਿ ਹੁਣ ਉਸ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਅੱਜ ਅਸੀਂ, ਕਿਉਂਕਿ ਸਾਰਿਆਂ ਨੂੰ ਪਤਾ ਆ ਵੀ ਇਲੈਕਸ਼ਨ ਦੇ ਵਿੱਚ ਕੋਡ ਆਫ ਕੰਡਕਟ ਲੱਗਾ ਹੋਇਆ, ਉਹਦੇ 'ਚ ਅੱਜ ਸਾਰੇ ਡਿਸਟ੍ਰਿਕਟ ਦੇ ਵਿੱਚ ਜਿੰਨੇ ਵੀ ਨਸ਼ਾ ਤਸਕਰ ਸੀਗੇ ਪਲੱਸ ਐਕਸਾਈਜ਼ ਵਾਲੇ, ਉੱਥੇ ਮੋਰਨਿੰਗ ਰੇਡ ਸੀਗੀਆਂ ਅੱਜ ਸਾਡੀਆਂ। ਔਰ ਅੱਜ ਸਾਡੀ ਦਸੂਹੇ ਦੀ ਟੀਮ ਜਿਹੜੀ DSP ਸਾਹਿਬ ਦਸੂਹਾ ਦੀ ਸੁਪਰਵਿਜ਼ਨ 'ਚ ਮੇਵਾ ਮਿਆਣੀ ਪਿੰਡ, ਜਿਹੜਾ ਪੁਰਾਣੇ ਤਸਕਰ ਹੈਗੇ, ਇਹਨਾਂ ਦੇ 10 ਤੋਂ ਜ਼ਿਆਦਾ ਕੇਸ ਰਜਿਸਟਰਡ ਹੈਗੇ ਆ, ਉਹਨਾਂ ਦੇ ਘਰ ਜਦੋਂ ਅੱਜ ਰੇਡ ਕੀਤਾ ਅਤੇ ਉਹਦੇ ਵੱਲੋਂ ਸੁੱਚਾ ਸਿੰਘ ਨਾਂ ਦਾ ਜਿਹੜਾ ਇਹਦੇ ਘਰ ਦਾ ਮਾਲਕ ਹੈ, ਉਹਨੇ ਪੁਲਿਸ ਪਾਰਟੀ ਅਤੇ ਸਮੇਤ ਆਪਣੇ ਪਰਿਵਾਰ ਹਮਲਾ ਕਰ ਦਿੱਤਾ, ਜਿਹਦੇ ਸਾਡੇ ਦੋ ਮੁਲਾਜ਼ਮ ਇੰਜਰਡ ਹੋਏ ਆ, ਇਸੇ ਸਤਨਾਮ ਸਿੰਘ ਅਤੇ ਇਸੇ ਗੁਰਮਿੰਦਰ ਕਾਂਸਟੇਬਲ ਗੁਰਮਿੰਦਰ। ਔਰ ਉਹਦੀ ਕ੍ਰੋਸ ਜਦੋਂ ਹਮਲਾ ਕੀਤਾ ਅਤੇ ਸਾਡੇ ਵੱਲੋਂ ਵੀ ਫਾਇਰਿੰਗ ਹੋਈ, ਉਹਦੇ ਵਿੱਚ ਸੁੱਚਾ ਸਿੰਘ ਜਿਹੜਾ ਇੱਥੇ ਜ਼ਖਮੀ ਹੋ ਗਿਆ ਸੀ, ਸਾਰਿਆਂ ਨੂੰ ਹੋਸਪਿਟਲ ਲੈ ਗਏ। ਔਰ ਡੂਰਿੰਗ ਇਲਾਜ ਹੀ ਸੁੱਚਾ ਸਿੰਘ ਦੀ ਜਿਹੜੀ ਪਤਾ ਲੱਗਾ ਸਾਨੂੰ, ਉਹਦੀ ਡੈਥ ਹੋ ਗਈ ਹੈ। ਔਰ ਮੁਲਾਜ਼ਮ ਸਾਡੇ ਜਿਹੜੇ ਹਾਲੇ ਅੰਡਰ ਟ੍ਰੀਟਮੈਂਟ ਹੈਗੇ ਆ, ਔਰ ਉਹਦੇ ਸੰਬੰਧੀ ਜਿਹੜੀ ਫਰਦਰ ਜਿਹੜੀਆਂ ਕਾਰਵਾਈ ਸਾਡੀ ਚੱਲ ਰਹੀ ਹੈ। ਸਰ, ਪਿੰਡ ਵੱਲੋਂ ਪਤਾ ਲੱਗਿਆ ਕਿ ਇੱਥੇ 1000 ਤੋਂ ਪਲੱਸ ਬੰਦੇ ਡੇਲੀ ਚਿੱਟਾ ਲੈਣ ਆਉਂਦੇ ਸੀ, ਉਹਦੇ ਬਾਰੇ ਕੀ ਪੁਲਿਸ ਕਾਰਵਾਈ? ਨਹੀਂ, ਦੇਖੋ ਪਹਿਲਾਂ ਵੀ ਇਹਨਾਂ 'ਤੇ FIR ਦਰਜ ਹੈਗੀਆਂ ਆ, ਹੁਣ ਵੀ ਜਿਹੜੀ ਇਨਫੋਰਮੇਸ਼ਨ ਸਾਰਾ ਨਗਰ ਹੀ ਕਹਿ ਰਿਹਾ ਹੈਗਾ ਵੀ ਬਹੁਤ ਸਾਰੇ ਦਰਿਆ ਤੋਂ ਪਾਰ ਤੋਂ ਬੰਦੇ ਆਉਂਦੇ ਆ, ਔਰ ਇੱਧਰਲੇ ਪਾਸਿਓਂ ਤੋਂ ਵੀ ਕਰੀਬ ਗਿਣਤੀ ਜਿਹੜੀ ਆ ਸੈਂਕੜਿਆਂ 'ਚ ਹੈ ਉਹਦੀ, ਔਰ ਉਹਦੇ ਕਰਕੇ ਹੀ ਇਹਨਾਂ ਦੀ ਪਿੰਡ ਤੋਂ ਇਨਫੋਰਮੇਸ਼ਨ ਵਾਰ ਵਾਰ ਸਾਨੂੰ ਆ ਰਹੀਆਂ ਸੀਗੀਆਂ, ਉਹਦੇ ਸੰਬੰਧੀ ਹੀ ਅੱਜ ਅਸੀਂ ਰੇਡ ਕੀਤੇ ਆ। ਔਰ ਸਾਨੂੰ ਇੱਕ ਪਹਿਲਾਂ ਵੀ ਦੋ ਕੇਸਾਂ 'ਚ ਵਾਂਟਡ ਵੀ ਸੀਗਾ ਇੱਕ ਬੰਦਾ। ਜੀ, ਥੈਂਕ